सानू मुखबरी आई सी भी इतने एक खाली गडाउन पिया ये कुछ बंदे ने जोड़े वो इतने कंटेनर के जोड़ा है माल उतार रहे हैं तो असं इतने मौके पर आए मौके पर आके जोड़े बंदे से पिछों कंधा टप के भज गए ने उन्होंने नाम पता सूँ लग गया इतने तो एक कलवंत सिंह है बासी पिंड भौरले का एक फौजी राम बासी पैल का एक सुखू राम है जी तीन ਹੈਗਾ ਕੀ ਹੈ ਜੀ ਕੰਟੇਨਰ ਜਿਹੜੇ ਕਿੱਥੋਂ ਕੀ ਹੁੰਦਾ ਇਹਨਾਂ ਦੇ ਵਿੱਚ ਇਹ ਪੁਰਾਣਾ ਉੱਥੇ ਤੋਂ ਸਕ੍ਰੈਪ ਆਉਂਦਾ ਜੀ ਜਿਹੜਾ ਕਾਫੀ ਮਹਿੰਗਾ ਇਹ ਸਸਤੇ ਭਾਅ ਖਰੀਦ ਲੈਂਦੇ ਨੇ ਇੱਥੇ ਤੋਂ ਤੇ ਖਰੀਦ ਕੇ ਜਿਹੜੀਆਂ ਦੁਬਾਰਾ ਉਹਦੇ ਵਿੱਚ ਰੇਤਾ ਪਾ ਦਿੰਦੇ ਨੇ ਜਾਂ ਕੁਝ ਹੋਰ ਪਾ ਕੇ ਜਾਂ ਪਾਣੀ ਪਾ ਕੇ ਉਹਦਾ ਵਜਨ ਉਦਾਂ ਹੀ ਪੂਰਾ ਕਰ ਲੈਂਦੇ ਨੇ ਤੇ ਇਹਨੂੰ ਮਹਿੰਗੇ ਪਾ ਵੇਚ ਦਿੰਦੇ ਜਿਹੜੀ ਰਿਕਵਰੀ ਹੋਈ ਹੈ ਜੀ ਇੱਥੇ ਗੋਡਾਊਨ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਦੇਖੋ ਜੀ ਹੁਣ ਅਸੀਂ ਜੇ ਉਹ ਕਰਵਾ ਰਹੇ ਆ ਤਾਂ ਵਜਨ ਕਰਦੇ ਆ ਵੀ ਕਿੰਨਾ ਕਾ ਤੇ ਪੂਰਾ ਕੰਟੇਨਰ ਭਰਿਆ ਹੋਇਆ ਸੀਗਾ ਉਸ ਜਿੰਨਾ ਮਾਲ ਉਤਾਰਿਆ ਸਾਡਾ ਉਹ ਵੀ ਦੇਖਾਂਗੇ ਸੀ ਕਿੰਨਾ ਵਜਨ ਹੈ ਦਾ ਬਿਲਟੀਆਂ ਵਿੱਚ ਮਿਲੀਆਂ ਨਹੀਂ ਬਿਲਟੀਆਂ ਦੇਖ ਕੇ ਅਸੀਂ ਸਾਰਾ ਇਹ ਇੰਟਰਨੈਸ਼ਨਲ ਮੁੱਦੇ ਡਰਾਈ ਪੋਰਟ ਤੋਂ ਮਾਲ ਆਉਂਦਾ ਉਹਨਾਂ ਦੇ ਅਧਿਕਾਰੀ ਨਾਲ ਕੋਈ ਸੰਪਰਕ ਕਰਾਂਗੇ ਹਾਂਜੀ ਕਰਾਂਗੇ ਜੀ ਅਸੀਂ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਤੇ ਅਸੀਂ ਸੀਲਾ ਸੂਲਾ ਲੱਗੀਆਂ ਹੁੰਦੀਆਂ ਨੇ ਕੰਟੇਨਰਾਂ ਨੂੰ ਜਿਹੜੀਆਂ ਉਹਨਾਂ ਨੂੰ ਕੀ ਕੀਤਾ ਹੋਇਆ ਸੀ ਇਹ ਤੋੜੀਆਂ ਹੋਈਆਂ ਜੀ ਬਿਲਕੁਲ ਖੋਲਿਆ ਹੋਇਆ ਜੀ ਕੰਟੇਨਰ ਤੋੜਿਆ ਆ ਤੇ ਖੋਲਿਆ ਆ ਕਾਰਵਾਈ ਹੋ ਰਹੀ ਹੈ ਜੀ ਅਸੀਂ ਜੀ ਪਰਚਾ ਦਰਜ ਕਰਕੇ ਜੀ ਐਕਸਾਈਜ਼ ਵਿਭਾਗ ਨੂੰ ਵੀ ਨਾਲ ਲੈਂਦੇ ਆ ਜੀ ਈਟੀਓ ਉਹਨਾਂ ਦਾ ਬੁਲਾ ਕੇ ਅਸੀਂ ਦੇਖਦੇ ਆ ਉਹਨਾਂ ਦਾ ਸਾਨੂੰ ਮੁਖਬਰੀ ਆਈ ਸੀਗੀ ਵੀ ਇੱਥੇ ਇੱਕ ਖਾਲੀ ਗਡਾਊਨ ਪਿਆ ਇਹਦੇ 'ਚ ਕੁਛ ਬੰਦੇ ਨੇ ਜਿਹੜੇ ਉਹ ਇੱਥੇ ਕੰਟੇਨਰ ਦੇ ਵਿੱਚੋਂ ਜਿਹੜਾ ਹੈ ਮਾਲ ਉਤਾਰ ਰਹੇ ਨੇ ਤੇ ਅਸੀਂ ਇੱਥੇ ਮੌਕੇ 'ਤੇ ਆਏ ਮੌਕੇ 'ਤੇ ਆ ਕੇ ਜਿਹੜੇ ਬੰਦੇ ਸੀਗੇ ਪਿੱਛੋਂ ਕੰਧਾ ਟੱਪ ਕੇ ਭੱਜ ਗਏ ਨੇ ਉਹਨਾਂ ਦਾ ਨਾਮ ਪਤਾ ਸਾਨੂੰ ਲੱਗ ਗਿਆ ਇੱਥੇ ਤੋਂ ਇੱਕ ਕਲਵੰਤ ਸਿੰਘ ਹੈ ਬਾਸੀ ਪਿੰਡ ਭੌਰਲੇ ਦਾ ਇੱਕ ਫੌਜੀ ਰਾਮ ਬਾਸੀ ਪੈਲ ਦਾ ਇੱਕ ਸੁੱਖੂ ਰਾਮ ਹੈ ਜੀ ਹੈਗਾ ਕੀ ਹੈ ਜੀ ਕੰਟੇਨਰ ਜਿਹੜੇ ਕਿੱਥੋਂ ਕੀ ਹੁੰਦਾ ਇਹਨਾਂ ਦੇ ਵਿੱਚ ਇਹ ਪੁਰਾਣਾ ਉੱਥੇ ਤੋਂ ਸਕ੍ਰੈਪ ਆਉਂਦਾ ਜੀ ਜਿਹੜਾ ਕਾਫੀ ਮਹਿੰਗਾ ਇਹ ਸਸਤੇ ਭਾਅ ਖਰੀਦ ਲੈਂਦੇ ਨੇ ਇੱਥੇ ਤੋਂ ਤੇ ਖਰੀਦ ਕੇ ਜਿਹੜੀਆਂ ਦੁਬਾਰਾ ਉਹਦੇ ਵਿੱਚ ਰੇਤਾ ਪਾ ਦਿੰਦੇ ਨੇ ਜਾਂ ਕੁਝ ਹੋਰ ਪਾ ਕੇ ਜਾਂ ਪਾਣੀ ਪਾ ਕੇ ਉਹਦਾ ਵਜਨ ਉਦਾਂ ਹੀ ਪੂਰਾ ਕਰ ਲੈਂਦੇ ਨੇ ਤੇ ਇਹਨੂੰ ਮਹਿੰਗੇ ਪਾ ਵੇਚ ਦਿੰਦੇ ਜਿਹੜੀ ਰਿਕਵਰੀ ਹੋਈ ਹੈ ਜੀ ਇੱਥੇ ਗੋਡਾਊਨ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਦੇਖੋ ਜੀ ਹੁਣ ਅਸੀਂ ਜੇ ਉਹ ਕਰਵਾ ਰਹੇ ਆ ਤਾਂ ਵਜਨ ਕਰਦੇ ਆ ਵੀ ਕਿੰਨਾ ਕਾ ਤੇ ਪੂਰਾ ਕੰਟੇਨਰ ਭਰਿਆ ਹੋਇਆ ਸੀਗਾ ਉਸ ਜਿੰਨਾ ਮਾਲ ਉਤਾਰਿਆ ਸਾਡਾ ਉਹ ਵੀ ਦੇਖਾਂਗੇ ਅਸੀਂ ਕਿੰਨਾ ਵਜਨ ਹੈ ਦਾ ਬਿਲਟੀਆਂ ਵਿੱਚ ਮਿਲੀਆਂ ਨਹੀਂ ਬਿਲਟੀਆਂ ਦੇਖ ਕੇ ਅਸੀਂ ਸਾਰਾ ਇਹ ਇੰਟਰਨੈਸ਼ਨਲ ਮੁੱਦੇ ਡਰਾਈ ਪੋਰਟ ਤੋਂ ਮਾਲ ਆਉਂਦਾ ਉਹਨਾਂ ਦੇ ਅਧਿਕਾਰੀ ਨਾਲ ਕੋਈ ਸੰਪਰਕ ਕਰਾਂਗੇ ਹਾਂਜੀ ਕਰਾਂਗੇ ਜੀ ਅਸੀਂ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਤੇ ਅਸੀਂ ਸੀਲਾ ਸੂਲਾ ਲੱਗੀਆਂ ਹੁੰਦੀਆਂ ਨੇ ਕੰਟੇਨਰਾਂ ਜਿਹੜੀਆਂ ਉਹਨਾਂ ਨੂੰ ਕੀ ਕੀਤਾ ਹੋਇਆ ਸੀ ਇਹ ਤੋੜੀਆਂ ਹੋਈਆਂ ਜੀ ਬਿਲਕੁਲ ਖੋਲਿਆ ਹੋਇਆ ਜੀ ਕੰਟੇਨਰ ਤੋੜਿਆ ਆ ਤੇ ਖੋਲਿਆ ਆ ਕਾਰਵਾਈ ਹੋ ਰਹੀ ਹੈ ਜੀ ਅਸੀਂ ਜੀ ਪਰਚਾ ਦਰਜ ਕਰਕੇ ਜੀ ਐਕਸਾਈਜ਼ ਵਿਭਾਗ ਨੂੰ ਵੀ ਨਾਲ ਲੈਂਦੇ ਆ ਜੀ ਈਟੀਓ ਉਹਨਾਂ ਦਾ ਬੁਲਾ ਕੇ ਅਸੀਂ ਦੇਖਦੇ ਆ ਉਹਨਾਂ ਦਾ